ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਦਿਸ ਵੀਕ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਹਫਤੇ ਦੀਆਂ ਖਾਸ ਖਬਰਾਂ ਦਾ ਜ਼ਿਕਰ ਕਰਾਂਗੇ। ਸ਼ੁਰੂਆਤ ਵਿਕਰਮ ਮਜੀਠੀਆ ਤੋਂ ਕਰ ਲੈਂਦੇ ਹਾਂ, ਕਿਉਂਕਿ SIT ਦੇ ਵੱਲੋਂ ਪੁੱਛਗਿੱਛ ਲਈ ਸੱਦਿਆ ਗਿਆ ਸੀ ਔਰ ਵਿਕਰਮ ਮਜੀਠੀਆ ਇਸ ਵਾਰ ਪਹੁੰਚਦੇ ਵੀ ਨੇ ਔਰ ਇਸ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੇ ਵੱਲੋਂ CM ਮਾਨ ਨੂੰ ਘੇਰਿਆ ਜਾਂਦਾ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਇੱਕ ਵਾਰ ਫਿਰ ਉਭਾਰਦੇ ਹੋਏ ਵਿਕਰਮ ਮਜੀਠੀਆ ਨਜ਼ਰ ਆਉਂਦੇ ਨੇ ਔਰ 1.5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਜਦੋਂ SIT ਦੇ ਵੱਲੋਂ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਹੈ ਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਵੀ ਹੁੰਦੇ ਨੇ ਵਿਕਰਮ ਮਜੀਠੀਆ ਔਰ ਇਹਦੇ ਨਾਲ ਹੀ ਇੱਕ ਵਾਰ ਫਿਰ CM ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨ ਦਿੱਤੇ ਜਾਂਦੇ ਨੇ। ਕੀ ਕੁਛ ਕਹਿ ਰਹੇ ਨੇ, ਆਓ ਸੁਣਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਜੀ ਇੱਕ ਲੋ ਅਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਔਰ ਕਾਨੂੰਨ 'ਚ ਵਿਸ਼ਵਾਸ ਰੱਖਣ ਕਰਕੇ ਜਿੰਨੀ ਵਾਰੀ ਮੈਨੂੰ ਬੁਲਾਇਆ ਗਿਆ ਮੈਂ ਇੱਥੇ ਆਇਆ ਔਰ ਅੱਜ ਵੀ SIT ਅੱਗੇ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਮੈਂ ਇਹ ਬੇਨਤੀ ਕਰਕੇ ਆਇਆ ਕਿ ਭਗਵੰਤ ਮਾਨ ਦਾ ਹੱਥ ਠੋਕਾ ਨਾ ਬਣੋ। ਔਰ ਮੈਂ ਕਾਰਨ ਹੈ ਇਹਦੇ 'ਚ ਕਿਉਂ ਕਹਿੰਦਾ। ਦੇਖੋ, ਮੈਨੂੰ ਇੱਕ ਰੈਗੂਲਰ ਬੇਲ ਮਿਲੀ, ਮੇਰੇ 'ਤੇ ਝੂਠਾ ਕੇਸ ਦਰਜ ਹੋਇਆ, ਉਸ ਝੂਠੇ ਕੇਸ 'ਚ ਮੈਂ 6 ਮਹੀਨੇ ਅੰਦਰ ਰਿਹਾ। ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ 28 ਸਫ਼ੇ, ਆਨਰੇਬਲ ਜੱਜ ਸਾਹਿਬ ਹਾਈਕੋਰਟ ਦੇ 2 ਜੱਜ ਸਾਹਿਬਾਨਾਂ ਨੇ ਆਰਡਰ ਦਿੱਤਾ ਔਰ ਉਸ ਆਰਡਰ ਨੂੰ ਅੱਜ ਤੱਕ ਜਿਹਦੇ 'ਚ ਸਪਸ਼ਟ ਲਿਖਿਆ ਗਿਆ ਸੀ ਕਿ ਜੋ ਆਰੋਪ ਦਾਸ 'ਤੇ ਲਾਏ ਗਏ ਹੈ ਉਹ ਝੂਠੇ ਨੇ, ਇਹਦੇ 'ਚ ਕੋਈ ਸੱਚਾਈ ਨਹੀਂ, ਔਰ ਉਸ ਆਰਡਰ ਨੂੰ ਅੱਜ ਤੱਕ ਕਿੱਥੇ ਇਹ ਚੈਲੇਂਜ ਨਹੀਂ ਕਰ ਸਕੇ। ਦੂਜੀ ਗੱਲ, ਦੇਖੋ ਅੱਜ ਇਹ ਪਿਛਲੀ ਵਾਰੀ ਇਹ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ 'ਚ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਕੋਆਪਰੇਟ ਨਹੀਂ ਕਰਦਾ। ਉੱਥੋਂ ਦੇ ਜੱਜ ਸਾਹਿਬ ਨੇ ਇਸ ਤਰੀਕੇ ਦੀ ਖਿਚਾਈ ਕੀਤੀ ਇਹਨਾਂ ਦੀ ਕਿ ਜਿਹੜਾ ਬੰਦਾ ਅੰਦਰ ਰਹਿ ਚੁੱਕਿਆ ਹੋਵੇ, ਜਿਹਦਾ ਤੁਸੀਂ ਰਿਮਾਂਡ ਤੱਕ ਨਹੀਂ ਲਿਆ ਹੋਵੇ, ਅੱਜ ਤੱਕ ਤੁਸੀਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੋ, ਇੰਨੇ ਸਾਲ ਬੀਤ ਗਏ ਤਾਂ ਤੁਸੀਂ ਕੀ ਸਰਕਾਰ ਕੀ ਸਮਝਦੀ ਸੀ, ਫਾਈਲਾਂ ਪੜ੍ਹਦੇ ਨਹੀਂ। ਬਹੁਤ ਬੁਰੀ ਤਰ੍ਹਾਂ ਖਿਚਾਈ ਹੋਈ ਔਰ ਇਹਨਾਂ ਨੇ ਮਾਫ਼ੀ ਮੰਗ ਕੇ ਉੱਥੋਂ ਆਪਦਾ ਖੇੜਾ ਛਡਾਇਆ। ਹੁਣ ਇਹ ਆਨਰੇਬਲ ਸੁਪਰੀਮ ਕੋਰਟ 'ਚ ਉੱਦਣ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ, ਇਹਨਾਂ ਨੂੰ ਮਿਲੀ ਕੋਈ ਨਹੀਂ, ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਹਲੇ 1.5 ਘੰਟਾ ਨਹੀਂ ਬੀਤਿਆ ਸੀ ਮੈਨੂੰ ਫੇਰ ਸੱਦ ਲਿਆ। ਜਦੋਂ ਹਾਈ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰ ਲਈ, ਤੁਹਾਨੂੰ ਰਾਹਤ ਨਹੀਂ ਮਿਲੀ, ਹਾਈ ਕੋਰਟ 'ਚ ਤੁਸੀਂ ਐਫੀਡੈਵਿਟ ਦਿੱਤਾ ਕਿ ਹਾਂ ਅਸੀਂ ਅੱਗਿਓਂ ਨਹੀਂ ਸੱਦਾਂਗੇ, ਫੇਰ ਸੱਦ ਲਿਆ। ਇਹ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਆ ਔਰ ਸਿਆਸਤ ਦਾ ਕਾਰਨ ਸਿਰਫ ਇਹ ਹੈ ਕਿ ਭਗਵੰਤ ਮਾਨ ਦੇ ਖਿਲਾਫ ਨਾ ਬੋਲੋ। ਦੇਖੋ, ਮੈਂ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰਦਾ। ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੋਂ ਨਹੀਂ ਮੈਂ ਡਰਦਾ, ਨਾ ਮੈਂ ਡਰਨ ਵਾਲਾ। ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਹਾ ਸੀ, ਮੈਂ ਭਾਈ ਸ਼ੇਰ ਦੀ ਫੋਟੋ ਅੱਗੇ ਖਿੱਚਦੀ ਮਗਰੋਂ ਨਹੀਂ ਖਿੱਚਦੀ ਹੁੰਦੀ, ਕੀ ਤੁਸੀਂ ਵਿਖਾਉਣਾ ਚਾਹੁੰਦੇ, ਕੀ ਡਰਾਮਾ ਰਚਿਆ ਇੱਥੇ? ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਦਿਓ, 4-4 ਸਿੱਟਾਂ ਕਾਹਦੇ ਲਈ ਬਦਲਣ ਦੀ ਲੋੜ ਪੈ ਗਈ? DGP ਦੇ ਲੈਵਲ ਤੋਂ ਬਾਅਦ ਤੁਸੀਂ ਅੱਜ DIG ਤੇ ਸਬ ਇੰਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹੋ, ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾਫ਼ੀ ਮੰਗ ਕੇ ਭੱਜਦੇ ਹੋ, ਹਾਈ ਕੋਰਟ 'ਚ ਆਪਦਾ ਐਫੀਡੈਵਿਟ ਵਾਪਸ ਲੈਂਦੇ ਹੋ, ਫਿਰ ਮੈਨੂੰ, ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ, ਮੈਂ ਆਪਦੀ ਹਿੱਕ 'ਤੇ ਲੜੂੰ, ਗੁਰੂ ਸਾਹਿਬ ਤੋਂ ਡਰ ਕੇ ਲੜੂੰ। ਇੱਕ
ਉੱਥੇ ਹੀ ਗੱਲ ਸੀ ਐਮ ਭਗਵੰਤ ਮਾਨ ਦੀ ਕਰੀਏ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਇੱਕ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਜਿੱਥੇ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਤਾਂ ਉੱਥੇ ਹੀ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਧ ਦਿੱਤੇ ਗਏ। ਕੀ ਕੁਛ ਕਿਹਾ ਉਹ ਵੀ ਸੁਣਦੇ ਹਾਂ। ਪੰਜਾਬ ਮੇ 90% ਘਰੋਂ ਕੋ ਬਿਜਲੀ ਕਾ ਬਿੱਲ ਜ਼ੀਰੋ ਆਤਾ ਹੈ, ਦਿੱਲੀ ਮੇ ਲੋਗੋਂ ਕੋ ਬਿਜਲੀ ਕਾ ਬਿੱਲ ਜ਼ੀਰੋ ਆਤਾ ਹੈ, ਦਿੱਲੀ ਕੇ ਸਰਕਾਰੀ ਸਕੂਲੋਂ ਮੇ ਪੜ੍ਹ ਕੇ ਬੱਚੇ ਅਫਸਰ ਬਣ ਰਹੇ ਹੈ, ਪੰਜਾਬ ਮੇ ਸਰਕਾਰੀ ਸਕੂਲ ਅੱਛੇ ਬਣ ਰਹੇ ਹੈ, ਪੰਜਾਬ ਮੇ ਮੁਹੱਲਾ ਕਲੀਨਿਕ ਖੁੱਲ ਗਏ ਹੈ, ਦਿੱਲੀ ਕੇ ਮੁਹੱਲਾ ਕਲੀਨਿਕੋਂ ਮੇ ਇਲਾਜ ਚੱਲ ਰਹਾ ਹੈ। ਭਾਈ ਸਾਹਿਬ ਨੌਕਰੀ ਮਿਲ ਰਹੀ ਹੈ, ਨੌਕਰੀਆਂ ਮਿਲ ਰਹੀਆਂ, ਪਤਾ ਕਰ ਲੈਣਾ, ਅਗਰ ਮੂਡ ਬਣੇ ਤਾਂ ਵੋਟ ਦੇ ਦੇਣਾ, ਵਰਨਾ ਫਿਰ ਠੀਕ ਹੈ ਜੋ ਚੱਲ ਰਿਹਾ 75 ਸਾਲ ਸੇ, ਕਿਆ ਕਰੇ ਫਿਰ ਅਬ, ਕਭੀ ਇਹ ਕਭੀ ਵੋ, ਮੈਂ ਆ ਗਿਆ ਮੈਂ ਤੁਝੇ ਕੁਛ ਨਹੀਂ ਕਹੂੰਗਾ, ਤੂੰ ਆ ਗਿਆ ਤੂੰ ਮੁਝੇ ਕੁਛ ਮਤ ਕਹਿਣਾ, ਚਲੋ ਬਾਰੀਆਂ ਹੋਈਆਂ, ਸੋ ਇਸ ਵਾਰ ਬਦਲੋ। ਤੋ ਮੋਦੀ ਜੀ ਤੋਂ ਕਹਿ ਦਿੱਤੇ ਹਰਿਆਣਾ ਕੋ ਡਬਲ ਇੰਜਨ ਚਾਹੀਏ, ਤੋ ਡਬਲ ਇੰਜਨ ਆ ਵੀ ਗਿਆ ਥਾ, ਫਿਰ ਬੀਚ ਮੇ ਇੰਜਨ ਖਰਾਬ ਹੋ ਗਿਆ ਕਿਆ ਖੱਟਰ ਵਾਲਾ, ਇਹ ਖੱਟਰ ਵਾਲਾ ਇੰਜਨ ਕਿੱਧਰ ਗਿਆ, ਅਬ ਕੋਈ ਨਵਾਂ ਇੰਜਨ ਔਰ ਲਗਾ ਦਿਆ। ਭਾਈ ਸਾਹਿਬ ਇੱਕ ਬਾਤ ਨੋਟ ਕਰ ਲੈਣਾ, ਦੇਸ਼ ਕੋ ਡਬਲ ਇੰਜਨ ਕੀ ਜ਼ਰੂਰਤ ਨਹੀਂ, ਦੇਸ਼ ਕੋ ਨਏ ਇੰਜਨ ਕੀ ਜ਼ਰੂਰਤ ਹੈ, ਲੇਟੈਸਟ ਮਾਡਲ ਕੇ ਨਏ ਇੰਜਨ ਕੀ ਜ਼ਰੂਰਤ ਹੈ। ਸੋ ਬਹੁਤ ਬਹੁਤ ਆਪਨੇ ਯਹਾਂ ਪਹੁੰਚ ਕਰ ਹਮਾਰਾ ਹੌਸਲਾ ਬੜਾਇਆ, ਪੌਣੇ 3 ਸਾਲ ਸੇ ਮੁੱਖ ਮੰਤਰੀ ਹੂੰ, 43,000-44,000 ਸੇ ਜ਼ਿਆਦਾ ਨੌਕਰੀਆਂ ਦੇ ਕੇ ਆਪਕੇ ਸਾਹਮਣੇ ਖੜਾ ਹੂੰ, ਔਰ 1 ਰੁਪਈਆ ਵੀ ਕਿਸੀ ਕੋ ਨੌਕਰੀ ਕੇ ਲਈ ਦੇਣਾ ਨਹੀਂ ਪੜਾ, 1 ਰੁਪਈਆ ਵੀ ਕੋਈ ਸਾਬਤ ਕਰ ਦੇਣਾ ਮੈਂ ਜ਼ਿੰਮੇਦਾਰ ਹੂੰ, ਰੁਪਈਆ ਛੋੜੋ ਚਾਏ ਕਾ ਕੱਪ ਵੀ ਪੀ ਲਿਆ ਹੋ ਕਿਸੀ ਨੇ, ਕਿਉਂ ਬਈ ਅਗਲੇ ਨੇ ਐਗਜ਼ਾਮ ਦਿਆ ਬੇਟੇ ਨੇ ਜਾਂ ਬੇਟੀ ਨੇ, ਪੇਪਰ ਦਿਆ ਔਰ ਪੇਪਰ ਸੇ ਨੰਬਰ ਆਏ, ਨੰਬਰੋਂ ਸੇ ਨੌਕਰੀ ਮਿਲ ਗਈ। ਪੰਜਾਬ ਮੇ ਕੋਈ ਪੇਪਰ ਲੀਕ ਨਹੀਂ ਹੋਤਾ ਭਾਈ ਸਾਹਿਬ, ਯਹਾਂ ਤੋ ਪੇਪਰ ਹੀ ਬਹੁਤ ਲੀਕ ਹੋਤੇ ਹੈ ਯਾਰ, ਪੇਪਰ ਲੀਕ ਔਰ ਬੱਚੋਂ ਕਾ ਭਵਿਸ਼ ਖਤਮ, ਜੋ ਪੜ੍ਹ ਲਿਖ ਕੇ ਆਗੇ ਆਉਣਾ ਚਾਹਤੇ ਹੈ ਉਨਕੋ ਖਤਮ ਕਰ ਦੇਤੇ ਹੈ ਭਾਈ ਸਾਹਿਬ। ਹਰਿਆਣਾ ਕੀ ਛੋਟੇ ਛੋਟੇ ਗਾਓਂ ਕੀ ਬੇਟੀਆਂ, ਛੋਟੇ ਛੋਟੇ ਗਾਓਂ ਕੇ ਬੇਟੇ ਓਲੰਪਿਕ ਮੇ, ਪੰਜਾਬ ਕੇ ਛੋਟੇ ਛੋਟੇ ਗਾਓਂ ਕੇ ਬੇਟੇ ਬੇਟੀਆਂ ਓਲੰਪਿਕ ਮੇ ਮੈਡਲ ਲੈ ਰਹੇ ਹੈ, ਹਮ ਕਿਸੀ ਸੇ ਕੰਮ ਨਹੀਂ ਹੈ, ਮੌਕਾ ਤੋ ਦੇ ਦੋ, ਇੱਕ ਮੌਕਾ ਦੇ ਦੋ, ਹਮ ਕਿਸੀ ਸੇ ਕੰਮ ਨਹੀਂ ਹੈ, ਲੇਕਿਨ ਮੌਕਾ ਸਿਰਫ ਆਪਣੇ ਆਪਣੇ ਰਿਸ਼ਤੇਦਾਰੋਂ ਕੋ, ਆਪਣੇ ਭਤੀਜੋਂ ਕੋ, ਆਪਣੇ ਚਾਚੋਂ ਕੋ, ਆਪਣੇ ਸਾਲੋਂ ਕੋ, ਆਪਣੇ ਜੀਜੋਂ ਕੋ, ਮੌਕਾ ਉਨਕੋ ਮਿਲਤਾ, ਹਮੇ ਕਿਉਂ, ਹਮੇ ਪੰਜਾਬ ਨੇ ਮੌਕਾ ਦਿਆ, 92 ਹੈ ਹਮਾਰੇ ਪਾਸ, 92 MLA ਹੈ 117 ਮੇ ਸੇ, ਦਿੱਲੀ ਮੇ 63 ਹੈ 70 ਮੇ ਸੇ, ਹਰਿਆਣਾ ਮੇ ਅਬ 90 ਮੇ ਸੇ ਕਿਤਨਾ ਸਕੋਰ ਕਰੋਗੇ ਯਾ ਆਪਕੀ ਆਪਕੀ ਮਰਜ਼ੀ ਹੈ, ਲੇਕਿਨ ਜਿਤਨੇ ਜ਼ਿਆਦਾ ਵੋਟ ਦੇ ਦੋਗੇ ਸਮਝ ਲਓ ਉਤਨੇ ਹੀ ਬੱਚੋਂ ਕੀ ਕਿਸਮਤ ਜ਼ਿਆਦਾ ਚਮਕੇਗੀ, ਉਤਨੇ ਹਮ ਕਮਾਲ ਕਾ ਕਾਮ ਕਰ ਸਕੇਂਗੇ। ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਤਾਂ ਜ਼ਿਕਰ ਮਨੀਸ਼ ਸਿਸੋਦੀਆ ਦਾ ਕਰਨਾ ਵੀ ਬਣਦਾ ਹੈ, ਕਿਉਂਕਿ 17 ਮਹੀਨੇ ਤਿਹਾੜ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਸ਼ੁੱਕਰਵਾਰ ਨੂੰ ਉਹਨਾਂ ਨੂੰ ਰਾਹਤ ਦਿੱਤੀ ਗਈ, ਜ਼ਮਾਨਤ ਮਿਲਦੀ ਹੈ ਔਰ ਜੇਲ੍ਹ ਤੋਂ ਬਾਹਰ ਆਉਂਦੇ ਨੇ ਮਨੀਸ਼ ਸਿਸੋਦੀਆ। ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਫੁੱਲਾਂ ਦੀ ਵਰਖਾ ਉਹਨਾਂ ਦੇ ਉੱਤੇ ਕੀਤੀ ਜਾਂਦੀ ਹੈ, ਆਮ ਆਦਮੀ ਪਾਰਟੀ ਇਸ ਨੂੰ ਸੱਚ ਦੀ ਜਿੱਤ ਕਰਾਰ ਦਿੰਦੀ ਹੈ, ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਜਾਂਦੇ ਨੇ ਔਰ ਇਹ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਹੀ ਇਹ ਖਬਰ ਨਸ਼ਰ ਹੁੰਦੀ ਹੈ ਤਾਂ ਆਤਿਸ਼ੀ ਜੋ ਕਿ ਇੱਕ ਸਮਾਗਮ ਦੇ ਵਿੱਚ ਸੰਬੋਧਨ ਕਰ ਰਹੇ ਸੀ ਉਹਨਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਉਹ ਕਾਫੀ ਭਾਵੁਕ ਹੋ ਜਾਂਦੇ ਨੇ, ਸਟੇਜ ਦੇ ਉੱਤੇ ਹੀ ਉਹਨਾਂ ਦੇ
ਅਥਰੂ ਵਗਣੇ ਸ਼ੁਰੂ ਹੋ ਜਾਂਦੇ ਨੇ ਔਰ ਉਹ ਇਸ ਨੂੰ ਸੱਚ ਦੀ ਜਿੱਤ ਕਰਾਰ ਦਿੰਦੇ ਨੇ। ਅਗਰ ਸੀਐਮ ਭਗਵੰਤ ਮਾਨ ਦੀ ਗੱਲ ਕਰ ਲਈਏ, ਪੰਜਾਬ ਦੀ ਲੀਡਰਸ਼ਿਪ ਹੋਵੇ ਜਾਂ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗੱਲ ਕਰ ਲਈਏ, ਤਾਂ ਲੱਡੂ ਵੰਡ ਕੇ ਉਹਨਾਂ ਦੇ ਵੱਲੋਂ ਖੁਸ਼ੀ ਵੀ ਮਨਾਈ ਗਈ ਔਰ ਪੋਸਟਾਂ ਵੀ ਪਈਆਂ, ਕਈ ਬਿਆਨ ਵੀ ਸਾਹਮਣੇ ਆਏ ਨੇ। ਉੱਥੇ ਹੀ ਗੱਲ ਸੰਜੇ ਸਿੰਘ ਗੋਪਾਲ ਰਾਏ ਹੁਣਾਂ ਦੀ ਕਰ ਲਈਏ, ਤਾਂ ਸੌਰਵ ਭਾਰਦਵਾਜ ਇਹਨਾਂ ਸਾਰਿਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਭਾਜਪਾ ਨੂੰ ਇੱਕ ਵਾਰ ਫਿਰ ਨਿਸ਼ਾਨੇ ਉੱਤੇ ਲਿਆ ਗਿਆ ਔਰ ਇਲਜ਼ਾਮ ਜੋ ਨੇ ਉਹ ਲਗਾਏ ਗਏ ਨੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਤਿਸ਼ੀ ਦਾ ਵੀਡੀਓ ਦਿਖਾਉਂਦੇ ਹਾਂ, ਉਸ ਤੋਂ ਬਾਅਦ ਗੋਪਾਲ ਰਾਏ ਕੀ ਕਹਿ ਰਹੇ ਨੇ ਉਹ ਵੀ ਸੁਣਦੇ ਹਾਂ। ਦਿੱਲੀ ਕੇ ਸ਼ਿਕਸ਼ਾ ਕ੍ਰਾਂਤੀ ਕੇ ਜਨਕ ਮਨੀਸ਼ ਸਿਸੋਦੀਆ ਕੋ ਜਿਨਕੋ ਇੱਕ ਝੂਠੇ ਕੇਸ ਮੇ ਸਤਰਾਂ ਮਹੀਨੇ ਤੱਕ ਜਿਹਨੇ 17 ਮਹੀਨੇ ਤੱਕ ਇੱਕ ਝੂਠੇ ਕੇਸ ਮੇਂ ਫਸਾ ਕਰ ਜੇਲ੍ਹ ਮੇਂ ਰੱਖਾ ਗਿਆ। ਆਜ ਕਾ ਦਿਨ ਭਾਰਤ ਕੇ ਇਤਿਹਾਸ ਮੇਂ, ਭਾਰਤ ਕੀ ਸ਼ਿਕਸ਼ਾ ਵਿਵਸਥਾ ਕੇ ਇਤਿਹਾਸ ਮੇਂ ਜਾਏਗਾ ਕਿ ਉਸ ਸ਼ਿਕਸ਼ਾ ਕ੍ਰਾਂਤੀ ਕੇ ਜਨਕ ਕੀ ਆਜ ਬੇਲ ਹੋਈ, ਆਜ ਸੱਚਾਈ ਕੀ ਜੀਤ ਹੋਈ, ਸ਼ਿਕਸ਼ਾ ਕੀ ਜੀਤ ਹੋਈ, ਦਿੱਲੀ ਕੇ ਬੱਚੋਂ ਕੀ ਜੀਤ ਹੋਈ। स्कूलों के रिजल्ट प्राइवेट स्कूलों से ज्यादा ला करके ये साबित किया कि जब पूरा देश ये बात मान चुका था कि सरकारी शिक्षा में कोई परिवर्तन नहीं हो सकता और एक एक दिन गिना जा रहा था कि किस दिन देश के सभी सरकारी स्कूलों में ताले लगेंगे और प्राइवेट स्कूलों में ही बच्चों का भविष्य सुरक्षित रह सकता है, उस मिथक को तोड़ा मनीष सिसोदिया ने। अरविंद केजरीवाल जी के नेतृत्व में सरकार ने जिस तरह से काम किया, केवल वादा नहीं किया, सपने को हकीकत में बदल करके एक देश को एक नई उम्मीद दी। उस उम्मीद को कुचलने के लिए षड्यंत्र करके बिना तथ्य के बिना सबूत के जिस तरह से 17 महीने मनीष सिसोदिया जी को जेल में रखा गया, वो इस बात का सबूत है कि भारतीय जनता पार्टी और भारतीय जनता पार्टी की केंद्र की सरकार, देश के माननीय प्रधानमंत्री इस देश के अंदर शिक्षा में बदलाव की उम्मीद की जो राह है उसे कुचलना चाहते थे। देर हो सकती है, अंधेर नहीं है दुनिया में, और इसलिए आज हम सब लोग इस बात के लिए तहे दिल से धन्यवाद करना चाहते हैं सुप्रीम कोर्ट का। निश्चित रूप से इस बात का मलाल सबको है कि बिना एक तक आज तक एक सबूत नहीं मिला। 17 महीने सीबीआई और ईडी ने दिल्ली के उप मुख्यमंत्री को जेल में रखा और धिक्कार है ऐसी एजेंसी पर जिसको आज तक एक सबूत नहीं मिला चवन्नी का। 17 महीने उस व्यक्ति को आपने जेल में रखा, हमें न्याय मिला है, लेकिन इस बात का अफसोस है कि देर से मिला।
ਅੱਗੇ ਗੱਲ ਵਿਰਸਾ ਸਿੰਘ ਵਲਟੋਹਾ ਦੀ ਕਰਾਂਗੇ ਕਿਉਂਕਿ ਸਾਬਕਾ AIG ਰਣਬੀਰ ਸਿੰਘ ਖਟੜਾ ਨੂੰ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਰਣਬੀਰ ਸਿੰਘ ਖਟੜਾ ਹੁਣਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਿਆ ਗਿਆ ਔਰ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਔਰ ਜੋ ਅਕਾਲੀ ਦਲ ਦੇ ਹੋਰ ਲੀਡਰਸ ਨੇ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਜੋ ਹੈ ਉਹ ਰਣਬੀਰ ਸਿੰਘ ਖਟੜਾ ਨੂੰ ਘੇਰਿਆ ਜਾ ਰਿਹਾ ਸੀ। ਉਹਨਾਂ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਸੀ, ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀ ਔਰ ਇਸ ਸਭ ਦੇ ਵਿਚਾਲੇ ਰਣਬੀਰ ਸਿੰਘ ਖਟੜਾ ਹੁਣਾਂ ਦੀ ਜੋ ਟਿੱਪਣੀ ਸਾਹਮਣੇ ਆਉਂਦੀ ਹੈ ਕਿ ਵਿਰਸਾ ਸਿੰਘ ਵਲਟੋਹਾ ਹੈ ਕੌਣ ਤਾਂ ਉਸ ਨੂੰ ਲੈ ਕੇ ਮਾਮਲਾ ਜ਼ਿਆਦਾ ਪੱਖ ਦਾ ਹੈ। ਉਸ ਤੋਂ ਬਾਅਦ ਤਾਂ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਆ, ਸੋਸ਼ਲ ਮੀਡੀਆ 'ਤੇ ਲਾਈਵ ਹੋਣਾ ਔਰ ਕਈ ਗਵਾਹ ਜੋ ਨੇ ਉਹ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਕਰਵਾਏ ਜਾਂਦੇ ਨੇ ਔਰ ਖਟੜਾ ਜਦੋਂ ਤਤਕਾਲੀ SSP ਹੋਇਆ ਕਰਦੇ ਸੀ ਉਸ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਢਾਇਆ, ਉਹਨਾਂ ਦੇ ਪਰਿਵਾਰਾਂ 'ਤੇ ਤਸ਼ੱਦਦ ਢਾਇਆ, ਉਹ ਇਲਜ਼ਾਮ ਜੋ ਨੇ ਉਹ ਲਗਾਤਾਰ ਲਗਾਏ ਜਾ ਰਹੇ ਨੇ ਔਰ ਉਹ ਸਿਲਸਿਲਾ ਅਜੇ ਵੀ ਬਰਕਰਾਰ ਹੈ ਔਰ ਇਸ ਹਫ਼ਤੇ ਇੱਕ ਵਾਰ ਫਿਰ ਤਿੱਖੇ ਸਵਾਲ ਜੋ ਨੇ ਉਹ ਕੀਤੇ ਗਏ ਰਣਬੀਰ ਸਿੰਘ ਖਟੜਾ ਨੂੰ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੀ ਕੁਛ ਕਿਹਾ ਆਓ ਸੁਣਦੇ ਹਾਂ। ਖਟੜਾ ਸਾਹਿਬ, ਤੁਸੀਂ ਅੱਜ ਕੱਲ੍ਹ ਬੜੀਆਂ ਇੰਟਰਵਿਊ ਦੇ ਰਹੇ ਸੀ, ਤੁਸੀਂ ਬੜਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਤੁਹਾਨੂੰ ਸਿੱਖੀ ਦਾ ਬਹੁਤ ਦਰਦ ਹੈ, ਪਰ ਮੈਂ ਤੁਹਾਡਾ ਪਿਛੋਕੜ ਜਿਹੜਾ ਆ ਉਹ ਸਿੱਖ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦਾ ਹੈ। ਦੇਖੋ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਖਾੜਕੂਵਾਦ ਦੇ ਸਮੇਂ ਬੜੇ ਨਿਰਦਈ ਅਫਸਰ ਹੋਏ ਨੇ। ਕੋਈ ਵਿਰਲਾ ਹੀ ਹੋਊਗਾ ਜਿਹੜਾ ਸਿੱਖ ਨੌਜਵਾਨਾਂ ਦੇ ਖੂਨ ਤੋਂ ਬਚਿਆ ਹੋਊਗਾ, ਪਰ ਜੇ ਸੁਮੇਧ ਸੈਣੀ, ਅਜੀਤ ਸਿੰਘ ਸੰਧੂ, ਪਰਮਜੀਤ ਗਿੱਲ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਬੁੱਚੜ ਬਣ ਚੁੱਕੇ ਸੀ, ਤੇ ਉਹਨਾਂ ਬੁੱਚੜਾਂ ਚੋਂ ਖਟੜਾ ਸਾਹਿਬ ਤੁਸੀਂ ਵੀ ਇੱਕ ਸੀਗੇ ਔਰ ਤੁਸੀਂ 1992-93-94 'ਚ ਮਾਝੇ ਦੇ ਅੰਦਰ ਜਿਹੜਾ ਬਾਰਡਰ ਏਰੀਆ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਖਾੜਕੂਵਾਦ ਤੋਂ ਪ੍ਰਭਾਵਿਤ ਸੀਗਾ, ਬਟਾਲੇ 'ਚ, ਤਰਨ ਤਾਰਨ 'ਚ, ਮਜੀਠੇ 'ਚ ਬਤੌਰ SSP ਤੈਨਾਤ ਰਹੇ ਸੀ। ਔਰ ਮੈਨੂੰ ਯਾਦ ਹੈ ਕਿ ਉਸ ਸਮੇਂ ਦੌਰਾਨ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ਾਨਾ ਹੀ 4-5 ਸਿੱਖ ਨੌਜਵਾਨਾਂ ਨੂੰ ਪਹਿਲਾਂ ਤਾਂ ਥਾਣਿਆਂ 'ਚ ਕੁਹਿਆ ਜਾਂਦਾ ਸੀ ਅਤੇ ਫਿਰ ਗੋਲੀਆਂ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਸੀਗਾ ਅਤੇ ਤੁਹਾਡੇ ਵੱਲੋਂ ਦਾਅਵਾ ਕੀਤਾ ਜਾਂਦਾ ਸੀਗਾ ਕਿ ਮੁਕਾਬਲਾ ਹੋਇਆ। ਹੋਏ ਨੇ ਮੁਕਾਬਲੇ, ਸੱਚੇ ਵੀ ਹੋਏ ਨੇ, ਪਰ 100 ਚੋਂ 1 99 ਮੁਕਾਬਲੇ ਜਿਹੜੇ ਨੇ ਉਹ ਝੂਠੇ ਹੋਏ ਨੇ ਅਤੇ ਗਿਣਤੀ ਤੁਸੀਂ ਆਪ ਕਰ ਲਿਆ ਜੇ ਕਿ ਕਿੰਨਾ ਲੰਬਾ ਸਮਾਂ ਤੁਸੀਂ SSP ਲੱਗੇ ਰਹੇ, ਕਿੰਨੇ ਸਾਲ ਲੱਗੇ ਰਹੇ ਅਤੇ ਰੋਜ਼ਾਨਾ ਦੀ ਮੈਂ ਕਹਿੰਦਾ ਕਿ 5 ਦੀ ਐਵਰੇਜ ਵੀ ਲਾ ਲਓ ਅਤੇ ਹਜ਼ਾਰਾਂ ਸਿੱਖ ਨੌਜਵਾਨ ਬਣਦੇ ਨੇ ਜਿਨ੍ਹਾਂ ਦੇ ਅਜੇ ਮੁੱਛਾਂ ਵੀ ਨਹੀਂ ਸੀ ਆਈਆਂ, ਜਾਂ ਮੁੱਛ ਫੁੱਟਦੀ ਸੀ ਜਾਂ ਨਿੱਕੀ ਨਿੱਕੀ ਦਾੜੀ ਫੁੱਟਦੀ ਸੀਗੀ, ਉਹ ਤੁਹਾਡੇ ਪਿੱਲੋਂ ਕਹਿਰ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਅਤੇ ਫਿਰ ਤੁਸੀਂ ਪਿੱਠ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰਤਾ। ਇਹ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਇਕੱਲੇ ਸਿੱਖ ਨੌਜਵਾਨ ਸ਼ਹੀਦ ਹੀ ਨਹੀਂ ਕੀਤੇ, ਤੁਸੀਂ ਸਿੱਖ ਨੌਜਵਾਨਾਂ 'ਤੇ ਅੰਤਾਂ ਦਾ ਤਸ਼ੱਦਦ ਵੀ ਢਾਇਆ ਹੈ, ਗੈਰ ਕਾਨੂੰਨੀ ਹਿਰਾਸਤ 'ਚ ਰੱਖ ਕੇ
ਕੋਈ ਦੋ ਦਿਨ ਚਾਰ ਦਿਨ ਪੰਜ ਦਿਨ ਹਫ਼ਤਾ ਨਹੀਂ, ਮਹੀਨਿਆਂ ਬੱਧੀ ਛੇ ਛੇ ਮਹੀਨੇ ਅੱਠ ਅੱਠ ਮਹੀਨੇ ਵੱਖ ਵੱਖ ਥਾਣਿਆਂ ਚ ਤੁਸੀਂ ਰੱਖਦੇ ਸੀ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਜਿਨ੍ਹਾਂ ਨੇ ਆਪਣੇ ਸਾਥੀ ਭਾਈ ਸੁਖਦੇਵ ਸੁੱਖਾ ਦੇ ਨਾਲ ਜਨਰਲ ਵੈਦਿਆ ਨੂੰ ਉਹਦੇ ਜਿਹੜੇ ਕਰਮਾਂ ਦੀ ਸਜ਼ਾ ਦਿੱਤੀ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਅਤੇ ਫਾਂਸੀ ਦੇ ਨਾਲ ਸ਼ਹੀਦ ਹੋ ਗਏ ਸੀ, ਉਹਨਾਂ ਦੇ ਵੱਡੇ ਭਾਈ ਨੂੰ ਤੁਸੀਂ ਚੁੱਕਿਆ ਅਤੇ ਛੇ ਮਹੀਨੇ ਵੱਖ ਵੱਖ ਥਾਣਿਆਂ 'ਚ ਰੱਖ ਕੇ ਅੰਤਾਂ ਦਾ ਤਸ਼ੱਦਦ ਕੀਤਾ ਅਤੇ ਉਹਨੂੰ ਪੁਲਿਸ ਵਾਲੇ ਵੀ ਝੇਡਾਂ ਕਰਦੇ ਹੁੰਦੇ ਸੀ, ਪਤਾ ਨਹੀਂ ਤੇਰਾ ਨੰਬਰ ਕਿੱਦਾਂ ਲੱਗਣਾ ਹੈ, ਤੇਰੇ ਦਿਨ ਵੱਧ ਹੀ ਜਾਂਦੇ ਆ। ਅਤੇ ਅਖੀਰ ਉਹਦੇ ਪਰਿਵਾਰ ਦੇ ਹਿੰਮਤ ਦਾ ਸਦਕਾ ਅਤੇ ਸਾਗ ਜਹਿਦਰ ਗੁਰਚਰਨ ਸਿੰਘ ਟੌੜਾ ਦੇ ਯਤਨਾਂ ਸਦਕਾ ਭੁਪਿੰਦਰ ਸਿੰਘ ਗਦਲੀ ਜਿਹੜਾ ਹੈ ਉਹ ਛੇ ਮਹੀਨੇ ਤੁਹਾਡੇ ਤਸ਼ੱਦਦ ਦੇ ਚੁੰਗਲ ਦੇ ਵਿੱਚ ਰਿਹਾ ਹੋਇਆ, ਜਿਹਨੇ ਵੀਡੀਓ ਵੀ ਪਾਈ ਹੈ। ਕੀ ਕਹਾਣੀਆਂ ਬੜੀਆਂ ਨੇ ਤੁਹਾਡੀਆਂ, ਬਹੁਤ ਕਹਾਣੀਆਂ ਨੇ ਤੁਹਾਡੇ ਹੀ ਪੁਲਿਸ ਅਫਸਰਾਂ ਨੇ, ਉਸ ਸਮੇਂ ਦੇ ਪੱਤਰਕਾਰਾਂ ਨੇ, ਉਸ ਸਮੇਂ ਦੇ ਪੀੜਤਾਂ ਨੇ। ਅੱਗੇ ਗੱਲ ਕਿਸਾਨਾਂ ਦੀ ਕਰਾਂਗੇ ਕਿਉਂਕਿ 15 ਅਗਸਤ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢੇ ਜਾਣਗੇ। ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਇਹ ਟਰੈਕਟਰ ਮਾਰਚ ਜੋ ਹੈ ਇਹ ਕੱਢਿਆ ਜਾਵੇਗਾ। ਇੰਨਾ ਹੀ ਨਹੀਂ, ਜੋ ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਧਰਨੇ ਪ੍ਰਦਰਸ਼ਨ ਖਤਮ ਕੀਤੇ ਜਾਣ, ਤਾਂ ਉਸ ਦੇ ਖਿਲਾਫ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਵੀ ਰੋਸ ਜੋ ਹੈ ਉਹ ਜਤਾਇਆ ਜਾਵੇਗਾ। ਕੀ ਕੁਛ ਕਿਹਾ ਜਗਜੀਤ ਸਿੰਘ ਡੱਲੇਵਾਲ ਨੇ, ਆਓ ਸੁਣਦੇ ਹਾਂ। ਕਿ 13 ਫਰਵਰੀ ਸੇ ਲੇਕਰ ਕਿਸਾਨੋ ਕਾ ਅੰਦੋਲਨ ਬਾਰਡਰੋਂ ਪੇ ਚੱਲ ਰਿਹਾ ਹੈ, ਸ਼ੰਭੂ ਬਾਰਡਰ, ਖਨੌਰੀ ਬਾਰਡਰ, ਰਤਨਪੁਰਾ ਬਾਰਡਰ ਕੇ ਉਪਰ ਕਿਸਾਨੋ ਕਾ ਯੇ ਅੰਦੋਲਨ ਰੈਗੂਲਰ ਚੱਲ ਰਿਹਾ ਹੈ। ਕਿਸਾਨੋ ਕੀ ਯੇ ਕਲੀਅਰ ਕੱਟ ਡਿਮਾਂਡ ਹੈ, MSP ਕੀ ਗਰੰਟੀ ਕਾ ਕਾਨੂੰਨ ਦਿਆ ਜਾਏ, ਡਾਕਟਰ ਸਵਾਮੀਨਾਥਨ ਕੀ ਰਿਪੋਰਟ ਲਾਗੂ ਕੀ ਜਾਏ, ਕਿਸਾਨੋ ਕੀ ਰਿਣ ਮੁਕਤੀ ਕੀ ਜਾਏ, ਔਰ ਇਸਕੇ ਸਾਥ ਸਾਥ ਔਰ ਮਾਂਗੋ ਕੋ ਲੇਕਰ ਟੋਟਲ 12 ਮਾਂਗੋ ਕੋ ਲੇਕਰ ਕਿਸਾਨ ਅੰਦੋਲਨ ਕਰ ਰਹੇ ਹੈ, ਔਰ ਉਸਕੇ ਸਾਥ ਸਾਥ ਏਕ ਮੰਗ ਯੇ ਹੈ ਕਿ ਜੋ ਹਮਾਰਾ ਹਮਾਰੇ ਉਪਰ ਹਰਿਆਣਾ ਕੀ ਸਰਕਾਰ ਕੀ ਤਰਫ ਸੇ ਗੋਲੀਆਂ ਚਲਾਈ ਗਈ, ਹਮੇ ਹਮਾਰੇ ਕਿਸਾਨੋ ਕੋ ਸ਼ਹੀਦ ਕੀਆ ਗਿਆ, ਕਿਸਾਨੋ ਕੀ ਆਈ ਸੈਟ ਗਈ, ਟਰੈਕਟਰ ਤੋੜੇ ਗਏ, ਜ਼ਖਮੀ ਕੀਏ ਗਏ, ਔਰ ਉਨ ਲੋਗੋ ਕੀ ਇਨਵੈਸਟੀਗੇਸ਼ਨ ਕਰਨੇ ਕਾ ਜੋ ਕਾਮ ਥਾ ਵੋ ਹਰਿਆਣਾ ਕੀ ਸਰਕਾਰ ਹੀ ਕਰ ਰਹੀ ਹੈ। ਇਸਕੇ ਲਈ ਇਹ ਵੀ ਇੱਕ ਮੰਗ ਹੈ ਕਿ ਵੋ ਇਨਵੈਸਟੀਗੇਸ਼ਨ ਉਨਸੇ ਲੇਕਰ ਇੰਡੀਪੈਂਡੈਂਟ ਏਜੰਸੀ ਸੇ ਕਰਵਾਈ ਜਾਏ, ਔਰ ਉਸਕੇ ਸਾਥ ਸਾਥ ਉਨ ਅਧਿਕਾਰੀਓ ਕੋ ਜੇਲ ਕੇ ਅੰਦਰ ਲੈ ਜਾਣਾ ਚਾਹੀਏ ਜਿਨ੍ਹੋਂਨੇ ਦੇਸ਼ ਕੇ ਲੋਗੋ ਕਾ ਸੰਵਿਧਾਨ ਕੇ ਅਨੁਸਾਰ ਮਿਲਾ ਹੁਆ ਰਾਈਟ, ਰਾਈਟ ਟੂ ਪ੍ਰੋਟੈਸਟ, ਉਸ ਰਾਈਟ ਕੋ ਕੁਚਲਨੇ ਕਾ ਕਾਮ ਕੀਆ, ਉਨ ਲੋਗੋ ਕੀ ਜਗ੍ਹਾ ਜੇਲ ਮੇ ਹੋਣੀ ਚਾਹੀਏ। ਯੇ ਇਨ ਸਭੀ ਮੰਗੋ ਕੋ ਲੇਕਰ ਜੋ ਅੰਦੋਲਨ ਚੱਲ ਰਿਹਾ ਹੈ, ਉਨ ਦੋਨੋ ਬਾਰਡਰੋਂ ਸੇ, ਦੋਨੋ ਫੋਰਮੋ ਕੀ ਤਰਫ ਸੇ ਯੇ ਪ੍ਰੋਗਰਾਮ ਲਿਖਾ ਗਿਆ ਹੈ ਕਿ 15 ਅਗਸਤ ਕੋ ਹਮ ਪੂਰੇ ਭਾਰਤ ਕੇ ਅੰਦਰ ਟਰੈਕਟਰ ਮਾਰਚ ਨਿਕਾਲੇਂਗੇ, ਜ਼ਿਲ੍ਹਾ ਸਤਰ ਪਰ ਔਰ ਤਹਿਸੀਲ ਸਤਰ ਪਰ ਔਰ ਬਲਾਕ ਸਤਰ ਪਰ ਮਜ਼ਬੂਤ ਟਰੈਕਟਰ ਮਾਰਚ ਪੂਰੇ ਭਾਰਤ ਕੇ ਅੰਦਰ, ਪੂਰੇ ਦੇਸ਼ ਕੇ ਅੰਦਰ ਵੋ ਨਿਕਾਲਨੇ ਕਾ ਏਕ ਕਾਮ ਕੀਆ ਜਾਏਗਾ। ਔਰ ਉਸਕੇ ਸਾਥ ਸਾਥ ਮੈਂ ਆਪਕੋ ਯੇ ਬਾਤ ਵੀ ਕਹਿਣਾ ਚਾਹ ਰਹਾ ਹੂੰ ਕਿ ਜੋ ਏਕ ਕਾਨੂੰਨ ਲੇਕਰ ਆਈ ਹੈ ਸਰਕਾਰ, ਲੋਗੋ ਕੋ ਅੰਦੋਲਨ ਕਰਨੇ ਕਾ ਰਾਈਟ ਲੋਗੋ ਕਾ ਛੀਨਣੇ ਕੇ ਲੀਏ, ਉਨ ਕਾਨੂੰਨੋ ਕੇ ਖਿਲਾਫ ਵੀ ਏਕ ਤਰਫ ਹਮਾਰੇ ਦੇਸ਼ ਕੀ ਆਜ਼ਾਦੀ ਕਾ
दिवस मनाने का प्रोग्राम होगा 15 अगस्त को, और दूसरी तरफ देश के लोगों को जिन लोगों को संविधान के अंदर राइट टू प्रोटेस्ट मिला हुआ उनको दबाने के लिए ये नए कानूनों में संशोधन किए गए हैं, और उनको आंदोलनकारियों को दबाने के लिए, उनके आंदोलन को कुचलने के लिए ये सब किया जा रहा है। सो इसके लिए हमारा ये भी प्रोग्राम है कि ट्रैक्टर मार्च निकालने के साथ साथ जिला स्तर पर, ब्लॉक स्तर पर, तहसील स्तर पर इन कानूनों की कापियां जलाई जाएंगी उसी दिन। मैं फिर से ये निवेदन करूं पूरे देश के किसान, मजदूर, आम लोग जो अपनी डिमांड्स को लेकर, अपनी समस्याओं को लेकर, अपनी मसलों को लेकर आंदोलन के माध्यम से अपने काम करवाने की भावना रखने वाले लोग हैं, आंदोलनकारी लोग हैं, क्रांतिकारी लोग हैं, उन लोगों को ये जरूर सोचना पड़ेगा, इस आंदोलन का, इस प्रोग्राम का हिस्सा बनना पड़ेगा भाई। तो अगे गल मान सरकार दी करेंगे, क्योंकि मान सरकार दे वल्लों एयरपोर्ट ਤੇ ਯਾਤਰਾ ਕਰਨ ਵਾਲਿਆਂ ਦੇ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ। ਤੁਹਾਨੂੰ ਦੱਸ ਦਈਏ ਕਿ ਨਵੀਂ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਪੰਜਾਬ ਸਹਾਇਤਾ ਕੇਂਦਰ ਖੋਲਿਆ ਗਿਆ ਹੈ, ਔਰ ਇੱਥੇ NRIs ਤੇ ਮੁਸਾਫਰਾਂ ਦੀਆਂ ਮੁਸ਼ਕਲਾਂ ਦਾ ਜੋ ਹੱਲ ਹੈ ਉਹ ਮੌਕੇ ਉੱਤੇ ਕੀਤਾ ਜਾਵੇਗਾ। ਇਹਦੇ ਨਾਲ ਹੀ ਮੁਸਾਫਰਾਂ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, 011-61-2182 ਹੈਲਪਲਾਈਨ ਨੰਬਰ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ। ਔਰ ਇਸ ਦੌਰਾਨ CM ਮਾਨ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ। ਕੀ ਕੁਝ ਕਿਹਾ ਆਓ ਸੁਣਦੇ ਹਾਂ। आज इंटरनेशनल एयरपोर्ट के टर्मिनल 3 पे अराइवल पे हमने वादा किया था, एक वादा नहीं, हमारा एक विजन था कि क्योंकि बहुत पंजाबी जो हैं वो NRI हैं, वो हर रोज वैंकूवर जाते हैं, टोरंटो जाते हैं, लंदन जाते हैं, मेलबर्न जाते हैं, सिडनी जाते हैं, कई बार ऐसी दिक्कतों का सामना करना पड़ जाता है, बुजुर्ग हैं, अकेले हैं, फ्लाइट मिस हो गई, पता नहीं कहाँ जाना है, पता नहीं कब जाना है, पता नहीं कौन सा होटल दिया या सामान नहीं आया, पता नहीं कहाँ लिखवाना है सामान, बहुत सी दिक्कतें थी। मेरा खुद का भी ऐसा एक्सपीरियंस रहा है, जब मैं एज एन आर्टिस्ट आता जाता रहता था एयरपोर्ट पे, तो हमको भी लिखवाना पड़ता था सामान नहीं आया जी, ब्रिटिश एयरवेज का सामान नहीं आया जी, KLM का सामान नहीं आया जी, लुफ्तांसा का। मैं किसी एयरलाइन को कोई आपत्ति नहीं जता रहा हूँ, कई बार हो जाता है। ओदे वास्ते अज असीं टर्मिनल 3 ते पंजाब हेल्प सेंटर, पंजाब सहायता केंद्र खोला है। किसी भी बंदे को अगर डिपार्चर पे दिक्कत है तो आ जाए टर्मिनल 3 के अराइवल पे, आ जाए, अंदर ही हेल्प सेंटर है। दो अफसरों की ड्यूटी लगाई है, कंप्यूटर लगे हुए हैं, दो इनोवा गाड़ियां हमने स्पेशली यहाँ पे रखी हुई हैं। क्या पता किसी का सामान ना आए, क्या पता किसी को रात बितानी पड़े, हाउ होटल नहीं मिल रहा, ये वो होटल भी छोड़ के आ सकते हैं, अदरवाइज
कोई ऐसी दिक्कत है तो पंजाब भवन में हम स्पेशल अरेंजमेंट करके उनका पंजाब भवन में रहने का इंतजाम कर सकते हैं। अगले दिन उनको उनकी जो फ्लाइट है आगे वाली उसमें हम उसका प्रबंध करवा सकते हैं। तो पंजाब पहला स्टेट है जिसने इंटरनेशनल एयरपोर्ट के टर्मिनल 3 के अराइवल पर ये इंतजाम किया है। श्रुति एक नंबर बता दो, हम एक नंबर बताने जा रहे हैं आपको कि जिस पे फोन करके कोई भी दिक्कत हो आप आराम से हमारे पास आ जाइएगा, बाकी काम हमारा है। हेल्प सेंटर का नंबर हैगा 011-6123-2182। दोबारा 011-6123-2182। इसको पंजाबी में मैं बोल देता हूँ 011 तो दिल्ली का ही है कोड है, 612 32182 612 32182 ये नंबर है, तुसी फोन करो। सामने पंजाब हेल्प सेंटर तुहानू नज़र आऊगा, पंजाबी च लिखा हुआ है अंग्रेजी च भी लिखा हुआ है, तुसी आओ जो तुहानू हेल्प चाहिए है। कोई थानू हो सकता है थानू यही ना पता होवे, कई बारी बुजुर्ग जाते ने ये नहीं पता होंदा जी एयरलाइन केड़े काउंटर ते 34 नंबर ते है 35। न्यूज़ दिस वीक दी इस पेशकश दे विच फिलहाल इन्ना ही, इस दे नाल दियो इजाजत ते देश विदेश दी ताज़ा जानकारी दे लई देखदे रहो टीवी पंजाब।